ਇਹਨਾਂ ਨੇ ਪੁੱਛਿਆ ਹੈ ਕਿ ਬੀਐਸਸੀ ਨਾਨ ਮੈਡੀਕਲ ਕੀਤੀ ਹੋਈ ਹੈ ਤੇ ਕੀ ਕੰਪਿਊਟਰ ਸਾਇੰਸ ਨਾਲ ਲੈ ਸਕਦੇ ਹੋ ਤੁਸੀਂ ਲੈ ਸਕਦੇ ਹੋ ਯੂਨੀਵਰਸਿਟੀ ਕਿਹੜੀ ਹੈ ਇਹ ਵੀ ਨਿਰਭਰ ਕਰਦਾ ਹੈ ਪਰ ਤੁਹਾਨੂੰ ਫਾਇਦਾ ਨਹੀਂ ਹੈ ਕਿਉਂਕਿ ਨਾਨ ਮੈਡੀਕਲ ਪੜਿਆ ਹੋਇਆ ਹੈ ਇਟ ਮੀਨਸ ਮੈਥਸ ਕੰਪਿਊਟਰ ਫਿਜ਼ਿਕਸ ਤੁਸੀਂ ਪੜ੍ਹੀ ਹੋਈ ਹੋਏਗੀ ਜਾਂ ਤੁਸੀਂ ਆਪਣੇ ਸਾਰੇ ਸਬਜੈਕਟ ਲਿਖ ਕੇ ਭੇਜੋ ਫਿਰ ਮੈਂ ਅੱਛੀ ਤਰ੍ਹਾਂ ਤੁਹਾਨੂੰ ਗਾਈਡ ਕਰਾਂ ਅਦਰਵਾਈਜ਼ ਨਾਨ ਮੈਡੀਕਲ ਦੀਆਂ ਕੰਬੀਨੇਸ਼ਨ ਦੇ ਇੱਕ ਡਿਟੇਲਡ ਵੀਡੀਓ ਮੋਸਟ ਇੰਪੋਰਟੈਂਟ ਉੱਥੇ ਲਿਖਿਆ ਹੋਏਗਾ ਉਹ ਵੀਡੀਓ ਤੁਸੀਂ ਦੇਖ ਲਓ ਤੁਹਾਡੇ ਕੰਪਿਊਟਰ ਸਾਇੰਸ ਦੇ ਸਾਰੇ ਡਿਸਕਸ ਕੀਤੇ ਹੋਏ ਨੇ ਚਲੋ ਇੱਥੇ ਵੀ ਥੋੜ੍ਹਾ ਜਿਹਾ ਦੱਸ ਦਿੰਦਾ ਤੁਹਾਨੂੰ ਕਿ ਇਹ ਪ੍ਰੋਸਪੈਕਟਸ ਹੈ ਨਾ ਇਹ ਰਹੇ ਤੁਹਾਡੇ ਬੀਐਸਸੀ ਨਾਨ ਮੈਡੀਕਲ ਹੈ ਇਹ ਤੁਹਾਡਾ ਫਿਜ਼ੀਕਲ ਸਾਇੰਸ ਕੰਪਿਊਟਰ ਇੱਕ ਕੰਬੀਨੇਸ਼ਨ 7ਵਾਂ ਨੰਬਰ ਬਣ ਰਿਹਾ ਹੈ ਔਰ ਇੱਕ ਫਿਜ਼ੀਕ ਸਾਇੰਸ ਐਂਡ ਕੰਪਿਊਟਰ ਸਾਇੰਸ ਬਣ ਰਿਹਾ ਹੈ ਕੰਪਿਊਟਰ ਸਾਇੰਸ ਐਂਡ ਲੈਂਗੁਏਜ ਬਣ ਰਿਹਾ ਹੈ ਮੇਰੇ ਖਿਆਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਇਦ ਇਹ ਅਲਾਓ ਨਹੀਂ ਕਰੇਗੀ ਪਰ ਤੁਹਾਨੂੰ ਉਹ ਵੀਡੀਓ ਦੇਖੋਗੇ ਤਾਂ ਤੁਹਾਨੂੰ ਬੈਟਰ ਲੱਗੇਗਾ ਕਿ ਸਾਇੰਸ ਜਾਂ ਮੈਥਸ ਲੈ ਲੈਣਾ ਬੈਟਰ ਹੈ ਸਾਇੰਸ ਨਹੀਂ ਮਿਲੇਗਾ ਮੇਰੇ ਖਿਆਲ ਤੁਹਾਨੂੰ ਜੇ ਦੋ ਤੁਸੀਂ ਪੜ੍ਹੀਆਂ ਹੋਣਗੀਆਂ ਤਾਂ ਮਿਲੇਗਾ ਸੋ ਸਬਜੈਕਟ ਕਿਹੜੇ ਐਗਜੈਕਟ ਪੜ੍ਹੇ ਹੋਏ ਕਿਹੜੀ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਉਹ ਦੱਸੋਗੇ ਤਾਂ ਕਲੀਅਰ ਇਸ ਦੀ ਹੋਏਗੀ ਪਰ ਤੁਹਾਨੂੰ ਦੂਸਰਾ ਸਬਜੈਕਟ ਇਹ ਮੈਥਸ ਕੰਪਿਊਟਰ ਸਾਇੰਸ ਅਤੇ ਹਾਂ ਮੈਥ ਤੁਸੀਂ ਲੈ ਰਹੇ ਹੋ ਮੈਥਸ ਬੈਸਟ ਹੈ ਠੀਕ ਹੈ ਸੋ ਆਪਣੇ ਸਾਰੇ ਸਬਜੈਕਟ ਭੇਜੋ ਫਿਰ ਤੁਹਾਡੀ ਗਾਈਡੈਂਸ ਕਲੀਅਰ ਹੋਏਗੀ ਥੈਂਕ ਯੂ